मोगा के मजदूर यूनियन ने मजदूरी में बढ़ोतरी को लेकर दाना मंडी में अनिश्चितकालीन हड़ताल कर दी है। मजदूर यूनियन के कुलदीप सिंह ने कहा, पंजाब सीएम भगवत मान ने लगभग एक साल पहले हमारी मजदूरी में 25% बढ़ोतरी की घोषणा की थी, जो अब तक लागू नहीं हुई है, केवल घोषणा ही रह गई है। मजदूर संघ की मांग है कि वेतन में 25% की बढ़ोतरी की जाए और इसे जल्द लागू किया जाए। मजदूरों ने ऐलान करते हुए कहा कि हमारी यह हड़ताल अनिश्चितकालीन के लिए जारी रहेगी। जब वो यह हमारी मांग सरकार नहीं मान लेती, तब तक उन्होंने कहा कि हम बाहर से भी किसी भी मजदूर को मंडी में काम करने नहीं देंगे। इस दौरान आरती दीपक तयाल ने बताया कि लेबर की मांग जायज है और सरकार इस ओर ध्यान नहीं दे रही है। ਜਿਹੜੀ ਲੇਬਰ ਗੱਲਾਂ ਮਜ਼ਦੂਰੀਆਂ ਨੂੰ ਵੱਲੋਂ ਹੜਤਾਲ ਕੀਤੀ ਗਈ ਹੈ, ਪੰਜਾਬ ਦੀ ਗੱਲ ਹੈ, ਇਹਨਾਂ ਦੇ ਪੰਜਾਬ ਪ੍ਰਧਾਨ ਰਕੇਸ਼ ਤੁਲੀ ਜੀ ਨੇ ਕੱਲ੍ਹ ਦਿੱਤੀ ਹੈ, ਕਿਉਂਕਿ ਇਹਨਾਂ ਦੀ ਡਿਮਾਂਡ ਹੈ ਕਿ ਜਿਹੜੀ ਮਜ਼ਦੂਰੀ ਹੈ ਸਰਕਾਰ ਵੱਲੋਂ ਉਹ ਸਮੇਂ ਸਿਰ ਬਹੁਤ ਘੱਟ ਵਧਾਈ ਜਾ ਰਹੀ ਹੈ। ਜਿਸ ਤਰ੍ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹਨਾਂ ਦੀ ਮਜ਼ਦੂਰੀ ਐਤਕੀ ਸਿਰਫ 13 ਪੈਸੇ ਪ੍ਰਤੀ ਨਗ ਦਿੱਤੀ ਗਈ। ਇਹ ਜੀ ਸਾਡੇ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੋਇਆ ਵਾ ਕਿ ਸਾਨੂੰ 25% ਵਾਧੇ ਦਾ ਕਹਿ ਕੇ ਸਾਡੀਆਂ ਮੰਗਾਂ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ, 25% ਵਾਧਾ ਨਹੀਂ ਪੂਰਾ ਕੀਤਾ ਗਿਆ ਗਾ। ਉਹਦੇ ਲਈ ਅਸੀਂ ਪੰਜਾਬ ਭਰ ਦੀਆਂ ਮੰਡੀਆਂ ਵਾ ਜਿਹੜੀਆਂ ਅੱਜ ਬੰਦ ਆ, ਮੋਗਾ ਮੰਡੀ ਵੀ ਅੱਜ ਤੋਂ ਬੰਦ ਆ ਅਣਮਿੱਥੇ ਸਮੇਂ ਤੱਕ। ਇਹ ਮੁੱਖ ਕਾਰਨ ਆ ਜੀ, ਇਹ 25% ਦਾ ਵਾਧਾ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਸਰਕਾਰ ਬਣਾਉਣ ਸਮੇਂ, ਉਸ 25% ਦੇ ਵਾਧੇ ਦਾ ਸੀਗਾ ਵੀ ਜਿਹਨੂੰ 2 ਸਾਲ ਹੋ ਗਏ, 2 ਸਾਲ ਤੋਂ ਲਾਗੂ ਨਹੀਂ ਕੀਤਾ ਗਿਆ। ਸਾਡੀ ਪੰਜਾਬ ਸਰਕਾਰ ਨੂੰ ਇਹੀ ਮੰਗ ਆ ਕਿ ਜਿਹੜਾ 25% ਦਾ ਵਾਧਾ ਔਰ ਤੁਸੀਂ ਗਰੀਬ ਜਨਤਾ ਦੀ ਵੋਟ ਲਈ ਸੀ ਮੰਡੀਆਂ ਦੇ ਵਿੱਚ, ਉਸ 25% ਨੂੰ ਵਾਧੇ ਨਾ ਕੀਤਾ ਜਾਵੇ, ਕਿਉਂਕਿ ਜੋ 2011 ਦੇ ਵਿੱਚ ਇੱਕ 25% ਦਾ ਵਾਧਾ ਕੀਤਾ ਗਿਆ ਸੀ ਜਦੋਂ ਬਾਦਲ ਸਰਕਾਰ ਸੀ।